ਆਈਫੋਨ 6 ਪ੍ਰੋ ਵੱਡਾ ਸੇਵ ਲੈਂਦੇ ਆ ਜੇ ਅਕਸਰ ਬਾਅਦ ਲੱਗ ਹੀ ਗਿਆ ਹੁਣ ਆਪਾਂ ਲਿਆਂਦਾ ਆਈਫੋਨ 6 ਪ੍ਰੋ ਅਤੇ ਅੱਜ ਫਿਰ ਆਪਾਂ ਅਨਬੋਕਸਿੰਗ ਕਰੀ ਕਹਿੰਦੀ ਕਵਰ ਨਿਕਲ ਗਿਆ ਚਲੇ ਜਾ ਇੰਡੀਆ ਆਪਾਂ ਅਨਬੋਕਸਿੰਗ ਕਰ ਦਿੰਦੇ ਪਹਿਲਾਂ ਆ ਜਾਓ ਫਿਰ ਉਹ ਕਿੰਨੀ ਘੈਂਟ ਹੁੰਦੀ ਨੇ ਅਨਬੋਕਸਿੰਗ ਇਹ ਕਵਰ ਇਹ ਮੈਡਮ ਐਪਲ ਦਾ ਰੀਜਨਲ ਕਵਰ ਹੈ ਨਾ ਕਿੰਨਾ ਸਖਤ ਅੰਦਰ ਹੁੰਦਾ ਇਹਨਾਂ ਨੇ ਐਪਲ ਸਿੱਖ ਮਿਲੋ ਨਾ ਫੋਨ ਅਨਬੋਕਸਿੰਗ ਕਰਦੇ ਆ ਫਿਰ ਅਤੇ ਡੱਬੇ ਦੇ ਨਾਲ ਆਪਾਂ ਤਾਲਮੇਲ ਪੈਕਜਿੰਗ ਨਵੀਂ ਪੈਕਜਿੰਗ ਅਤੇ ਨਵੀਂ ਕਰਤੀ ਉਹਨਾਂ ਨੇ ਰਾਊਂਡ ਜਿਹੀ ਕਰਤੀ ਅਤੇ ਤਾਰ ਇਹਨੂੰ ਸਿਰ 'ਤੇ ਰੱਖ ਲੈਂਦੇ ਅਤੇ ਪੈਗਰਾ ਮਿਲਦੇ ਜੀ ਪਤਾ ਹੀ ਉਹ ਅਤੇ ਆਹ ਵੀ ਗੋਲ ਜਿਹਾ ਕਰਤਾ ਹੁਣ ਉਹਨਾਂ ਸਾਰਾ ਕੁਛ ਉਹ ਹੋਊਗਾ ਅਤੇ ਦੇਖ ਲੈਂਦੇ ਹੁੰਦੇ ਆਪਾਂ ਅਤੇ ਡੱਬਾ ਪਤਲਾ ਕਰਤਾ ਹੁਣ ਇਸ ਕੀ ਹੈ ਨਾ ਥੋੜ੍ਹਾ ਪਤਲਾ ਹੋ ਗਿਆ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕੀ ਚੀਜ਼ਾਂ ਇਹਦੇ ਵਿੱਚ ਹੁਣ ਆਪਾਂ ਗੱਲਬਾਤ ਕਰ ਲੈਂਦੇ ਕੀ ਚੀਜ਼ ਇਹਦੇ ਅੰਦਰ ਹੈ ਨਾ ਅਤੇ ਇਹਦੇ ਅੰਦਰ ਹੈਗਾ ਇੱਕ ਤਾਂ ਪ੍ਰੋਸੈਸਰ ਨਵਾਂ ਹੈ ਨਾ ਇਹ 18 ਬਾਇਓਨਿਕ ਚਿੱਪ ਹੈ ਹੁਣ ਹੈ ਨਾ ਅਤੇ ਇੱਕ ਕਹਿੰਦੇ ਇੱਕ ਬਟਨ ਐਡ ਕਰਦਾ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਹੈ ਨਾ ਅਤੇ ਬਟਨ ਜਿਵੇਂ ਵੀਡੀਓ ਬਣਾਉਣ ਉਹਨਾਂ ਨੇ ਆਪਾਂ ਜ਼ੂਮ ਆਊਟ ਜ਼ੂਮ ਇਨ ਕਰ ਸਕਦੇ ਬਾਕੀ ਕੀ ਕੰਮ ਕਰਦਾ ਬਟਨ ਇਹ ਉਹ ਫਿਰ ਚਲਾਵਾਂ ਨਾਲ ਪਤਾ ਲੱਗੂਗਾ ਅਤੇ ਇਹਦੇ ਵਿੱਚ ਵੀ ਐਕਸ਼ਨ ਬਟਨ ਹੈਗਾ ਉਹ ਹੈ ਨਾ ਇਹਦਾ ਆਈਫੋਨ 15 ਵਿੱਚ ਵੀ ਸੀਗਾ ਅਤੇ ਬਾਕੀ ਥੋੜ੍ਹਾ ਕੈਮਰਾ ਵੱਡਾ ਲੱਗਦਾ ਮੈਨੂੰ ਇਹਦਾ ਉਹਨਾਂ ਵਿੱਚ ਥੋੜ੍ਹਾ ਸਾਈਜ਼ ਦਾ ਫਰਕ ਹੁੰਦਾ USB-C ਔਰ ਸੈਮਸੰਗ ਦਾ ਪਤਾ ਹੀ ਹੈ ਨਾ ਅਤੇ ਇਹਦੇ 8 GB ਰੈਮ ਹੈ ਕਿਉਂਕਿ ਜਿਵੇਂ ਪਹਿਲਾਂ ਇਹਨਾਂ ਦਾ 15 ਵਿੱਚ ਵੀ 8 ਹੀ ਸੀਗੀ ਅਤੇ 14 ਵਿੱਚ ਵੀ 8 ਹੀ ਸੀਗੀ ਇਹਨਾਂ 'ਚ ਪਹਿਲਾਂ ਪੁਰਾਣੇ ਉਹਨਾਂ ਨੂੰ 6 GB ਹੁੰਦੀ ਸੀ ਨਾ ਇਹਦੇ 8 GB ਰੈਮ ਹੁੰਦੀ ਹੈ ਅਤੇ ਇਹ ਦੇਖਣ 'ਚ ਵੀ ਥੋੜ੍ਹਾ ਜਿਵੇਂ ਬਾਹਲਾ ਹੈਵੀ ਨਹੀਂ ਹੈਗਾ ਫੋਨ ਥੋੜ੍ਹਾ ਲਾਈਟ ਵੇਟ ਫੋਨ ਆ ਹੁਣ ਇਹ ਇਹ ਸੀ ਫੋਨ ਬਾਰੇ ਗੱਲਬਾਤ ਅਤੇ ਮੈਂ ਹੋਪ ਕਰ ਦੱਸਾਂ ਨੂੰ ਵੀਡੀਓ ਵਧੀਆ ਲੱਗੀ ਹੋਊਗੀ ਅਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਬਾਏ ਬਾਏ।